छेवीं पातशाही श्री गुरु हरगोबिंद साहब जी दे अनीन सेवक दी याद च पिंड कोहाली जिला अमृतसर विच उसारी गए गुरुद्वारा बाबा जागू शहीद नूं बाबा सुच्चा सिंह कार सेवा आनंदगढ़ वल्लों जबरी कब्जे च लैण दी कोशिश दा मामला इलाका निवासी संगता दे विरोध कारण होर पखदा जा रहा है। पिछले कई दिनों तो अस्थान पुलिस छावनी विच तब्दील किया होया है अते माहौल पूरी तरह तनावपूर्ण बने होया है। कुछ प्रबंधकों वालों स्थानक संगता की सहमति तो बिना ही कार सेवा वालों को सेवा संभाल लई लिख के कह दिया गया। इस मौके स्थानक संगता वालों नौजवानों की गठित नवी प्रबंधक कमेटी अते सिख संगता ने गुरुद्वारा साहब ते कब्जा करन ते उतारू बाबा सुच्चा सिंह कार सेवा आनंदगढ़ संप्रदाय नू भरा मारू खूनी खेड खेडन तो परहेज करन की अपील की है। नवी कमेटी के प्रधान कुलदीप सिंह ते मैंबर जसबीर सिंह ने पत्रकारां दे नाल गलबात करदे दौरान कहा कि स्वर्गवासी संत बाबा हरभजन सिंह पहलवान कार सेवा आनंदगढ़ साहब वालों निभाईयां पंथ सेवावां दी शलांघा करदे हुए कहा कि उन्हां दे जानशीन बाबा सुच्चा सिंह नूं वी उन्हां दे पद चिन्हां तों चलना चाहीदा है, ना कि कार सेवा दे नाते संगता च दंगे ते भराम मारू जंग करवा के गुरुद्वारां उत्ते नजायज़ कब्जे करने चाहीदे ने। किसी भी धार्मिक स्थान ते ताड़वी बन के तां बिल्कुल नहीं आना चाहिदा। उन्हें कहा कि बाबा सुच्चा सिंह किसी गल की कमी नहीं है, उन्हें कोल पहला ही करीब 40 गुरुद्वारा की सेवा संभालन की वड्डी जिम्मेदारी है। उन्हें कहा कि संतां महापुरशां नूं विवाद विच नहीं आना चाहिदा, उन्हां दी सोच संगत नाल लड़ाई करके गुरुद्वारा की सेवा लैनी नहीं होनी चाहिए। अजनाला तो विनोद कुमार की रिपोर्ट, KRT न्यूज़ नैटवर्क। ਅਤੇ ਜਿਹੜੀ ਇਹ ਇਲਾਕੇ ਦੀ ਸੰਗਤ ਇਕੱਠੀ ਹੋਈ ਆ ਇਸ ਵਿਵਾਦ ਨੂੰ ਲੈ ਕੇ ਤੁਹਾਡੀ ਕੀ ਇਹਨਾਂ ਨਾਲ ਗੱਲਬਾਤ ਫਿਰ ਹੋਈ? ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਬਾ ਜਾਗੋ ਸ਼ਹੀਦ ਜੀ ਦਾ ਪ੍ਰਬੰਧਕੀ ਮਾਮਲੇ ਨੂੰ ਲੈ ਕੇ ਵਿਵਾਦ ਜਿਹੜਾ ਚੱਲਿਆ ਬੜਾ ਹੀ ਮੰਦਭਾਗਾ। ਮੈਂ ਸਮਝਦਾ ਹਾਂ ਕਿ ਜਿਹੜੇ ਸਾਡੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਇਹਨਾਂ ਦੀ ਸੇਵਾ ਸੰਭਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਜਿਹੜਾ ਨਾ ਹੋਣਾ ਨਹੀਂ ਚਾਹੀਦਾ। ਜੇ ਮੰਨ ਲਓ ਵਿਵਾਦ ਪੈਦਾ ਹੋ ਗਿਆ ਤਾਂ ਇਸ ਨੂੰ ਮਿਲ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਤਾਂ ਕਿ ਕੋਈ ਕਿਸੇ ਕਿਸਮ ਦਾ ਖੂਨ ਖਰਾਬਾ ਨਾ ਹੋਵੇ, ਪੰਥ ਦੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਨਾ ਬੇਇੱਜ਼ਤੀ ਨਾ ਹੋਵੇ ਕਿਸੇ ਬੰਨੇ ਵੀ, ਕਿਉਂਕਿ ਪਿਛਲੇ ਸਮੇਂ ਦੌਰਾਨ ਆਪਾਂ ਵੇਖਿਆ ਹੈ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕੀ ਮਾਮਲਿਆਂ ਨੂੰ ਲੈ ਕੇ ਕਈਆਂ ਥਾਵਾਂ ਦੇ ਝਗੜੇ ਜਿਹੜੇ ਹੋਏ ਨੇ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੈਦਾਰ ਸਾਹਿਬ ਨੂੰ ਖੁਦ ਇਹ ਬਿਆਨ ਦੇਣਾ ਪਿਆ ਕਿ ਅਸੀਂ ਅੱਜ ਗੁਰਦੁਆਰੇ ਸੇਵਾ ਸੰਭਾਲ ਲਈ ਨਹੀਂ ਸਗੋਂ ਗੁਰਦੁਆਰੇ ਗੋਲਕਾਂ ਨੂੰ ਲੈ ਕੇ ਅਸੀਂ ਝਗੜਾ ਕਰ ਰਹੇ ਹਾਂ। ਔਰ ਇਹ ਅਜਿਹਾ ਹੀ ਮਾਮਲਾ ਮੈਨੂੰ ਇੱਥੇ ਬਾਬਾ ਜਾਗੋ ਸ਼ਹੀਦ ਦੇ ਵਿੱਚ ਨਜ਼ਰ ਆਇਆ ਅਤੇ ਮੈਂ ਸਮਝਦਾ ਹਾਂ ਕਿ ਬਾਬਾ ਸੁੱਚਾ ਸਿੰਘ ਜੀ ਆਨੰਦਗੜ੍ਹ ਸਾਹਿਬ ਵਾਲੇ ਉਹਨਾਂ ਦੇ ਜਿਹੜੇ ਪਹਿਲਾਂ ਪੂਰਵ ਜਿਹੜੇ ਮਹਾਂਪੁਰਸ਼ ਨੇ ਸੰਤ ਬਾਬਾ ਹਰਭਜਨ ਸਿੰਘ ਜੀ, ਉਹਨਾਂ ਬੜੀ ਸੇਵਾ ਕੀਤੀ ਹੈ ਪੰਥ ਦੀ, ਕਾਰ ਸੇਵਾ ਦੇ ਨਾਂ 'ਤੇ ਕਈ ਗੁਰਦੁਆਰੇ ਤਾਮੀਰ ਕਰਵਾਏ, ਬੜੀ ਸ਼ਲਾਘਾਯੋਗ ਕੰਮ ਕੀਤੇ ਨੇ। ਅਤੇ ਮੈਂ ਇਹੀ ਅਪੀਲ ਕਰਾਂਗਾ ਬਾਬਾ ਸੁੱਚਾ ਸਿੰਘ ਜੀ ਨੂੰ ਵੀ ਕਿ ਉਹ ਬਾਬਾ ਹਰਭਜਨ ਸਿੰਘ ਜੀ ਦੇ ਪਾਛੇ ਨਾ ਕੇ ਚੱਲ ਕੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ, ਗੁਰਦੁਆਰੇ ਸੇਵਾ ਸੰਭਾਲ ਵੱਲ ਧਿਆਨ ਦੇਣ, ਨਾ ਕਿ ਅਜਿਹੇ ਗੁਰਦੁਆਰੇ ਜਿਹੜੇ ਆ ਕਬਜ਼ਾ ਕਰਨ ਵਾਸਤੇ ਵਿਵਾਦ ਖੜ੍ਹਾ ਕਰਨ ਦੀ ਲੋੜ ਹੈ ਉਹਨਾਂ ਨੂੰ। ਮੈਂ ਫਿਰ ਵੀ ਅਪੀਲ ਕਰਾਂਗਾ ਇੱਕ ਵਾਰ ਫਿਰ ਬਾਬਾ ਜੀ, ਬਾਬਾ ਸੁੱਚਾ ਸਿੰਘ ਜੀ ਨੂੰ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਵੀ ਕਿ ਇੱਥੇ ਜਿਹੜਾ ਖੂਨੀ ਟਕਰਾਅ ਨਜ਼ਰ ਆ ਰਿਹਾ ਇਹਨੂੰ ਟਾਲਣ ਵਾਸਤੇ ਆਪ ਖੁਦ ਹੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਕੋਈ ਵਧੀਆ ਜਿਹਾ ਜਿਹੜਾ ਨਾ ਸਾਰੇ ਸਰਪ ਪ੍ਰਵਾਨਿਤ ਜਿਹੜਾ ਹੱਲ ਜਿਹੜਾ ਇਹਦਾ ਕੱਢਿਆ ਜਾਵੇ। ਮੈਂ ਇਹੀ ਅਪੀਲ ਕਰਾਂਗਾ ਇੱਥੋਂ ਦੇ ਨਵੇਂ ਬਣੀ ਨੌਜਵਾਨਾਂ ਦੀ ਕਮੇਟੀ ਨੂੰ ਵੀ ਕਿ ਉਹ ਬਾਬਾ ਜੀ ਦੇ ਨਾਲ ਕਿਸੇ ਤਰ੍ਹਾਂ ਜਿਹੜਾ ਸੰਵਾਦ ਇਹ ਨਹੀਂ ਤੋੜਨਾ ਚਾਹੀਦਾ, ਸਾਨੂੰ ਸੰਵਾਦ ਆਪਾਂ ਜਾਰੀ ਰੱਖੀਏ ਅਤੇ ਮਸਲੇ ਦਾ ਹੱਲ, ਸੁਖਾਵਾਂ ਹੱਲ ਜਿਹੜਾ ਇਹ ਲੱਭੀਏ, ਉਹ ਜੋ ਸੰਗਤ ਚਾਹੇ ਉਹੀ ਹੱਲ ਕੱਢਿਆ ਜਾ ਸਕੇ। ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਸੰਤ ਮਹਾਂਪੁਰਸ਼ਾਂ ਗੜੀ ਕਿ ਜਿਸ ਤਰ੍ਹਾਂ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਜੀ ਵਿਚਰਦੇ ਹੀ ਬਹੁਤ ਅੱਛੇ ਤਰੀਕੇ ਨਾਲ ਵਿਚਰਦੇ ਸੀ, ਉਹ ਸਾਰੀ ਸੰਗਤ ਨੂੰ ਨਾਲ ਚੱਲਦੇ ਸੀ। ਉਹਨਾਂ ਨੇ ਸਾਨੂੰ ਪਹਿਲਾਂ ਵੀ ਵਿਵਾਦ ਚੱਲਿਆ ਸੀ ਗੁਰਦੁਆਰਾ ਸਾਹਿਬ ਦਾ, ਅਤੇ ਸੰਗਤ ਗਈ ਉਹਨਾਂ ਕੋਲ ਸੇਵਾ ਦੇਣ ਵਾਸਤੇ। ਉਹਨਾਂ ਨੇ ਇੱਕੋ ਭਜਨ ਕੀਤਾ ਸੀ ਵੀ ਜੇ ਖਵਾਲੀ ਪਿੰਡ ਦਾ ਇੱਕ ਸ਼ਖਸ ਵੀ ਆਖਦੇ ਆਣ ਕੇ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਦੇਣਾ ਤਾਂ ਅਸੀਂ ਨਹੀਂ ਆਵਾਂਗੇ। ਅਤੇ ਮੈਂ ਬਾਬਾ ਸੁੱਚਾ ਸਿੰਘ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਅਤੇ ਉਹਨਾਂ ਵਰਗਾ ਹੀ ਵਿਹਾਰ ਕਰਨ। ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸਾਰੀ ਸੰਗਤ ਚਾਹੁੰਦੀ ਆ ਵੀ ਸੇਵਾ ਸਿਰਫ ਇਹ ਇਲਾਕੇ ਕੋ, ਇਹ ਪਿੰਡ ਕੋ ਰਵੇ, ਮਹਾਂਪੁਰਸ਼ਾਂ ਕੋ ਬਹੁਤ ਗੁਰਦੁਆਰਾ ਸਾਹਿਬ ਨੇ ਉਹ ਸੇਵਾ ਕਰਨ, ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ, ਪਰ ਇਸ ਮਸਲੇ ਦੇ ਵਿੱਚ ਸਾਡਾ ਸਹਿਯੋਗ ਕਰਨ ਉਹ। ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਸਿੰਘ ਜੀ, ਇਹ ਜਿਹੜਾ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦਾ ਵਿਵਾਦ ਚੱਲ ਰਿਹਾ, ਹਾਂਜੀ, ਇਹਦੇ ਵਿੱਚ ਮੀਟਿੰਗਾਂ ਵੀ ਹੋਈਆਂ, ਹਾਂਜੀ, ਕਮੇਟੀ ਵੀ ਦੁਬਾਰਾ ਇੱਕ ਬਣੀ, ਹਾਂਜੀ, ਕੀ ਕੋਈ ਮਸਲੇ ਦਾ ਹੱਲ ਨਿਕਲਿਆ ਜਾਂ ਨਹੀਂ? ਨਹੀਂ ਜੀ, ਅਜੇ ਕੋਈ ਮਸਲੇ ਦਾ ਹੱਲ ਜੀ ਨਹੀਂ ਨਿਕਲਿਆ ਜੀ। ਇਹ ਮੀਟਿੰਗ ਕੱਲ੍ਹ ਵੀ ਬੈਠੀ ਸੀ ਏ ਡੀ ਸੀ ਸਾਹਿਬ ਦੇ ਕੋਲ, ਪਰਸੋਂ ਵੀ ਤੁਹਾਨੂੰ ਪਤਾ ਜੀ ਰਾਮ ਤੀਰਥ ਗੁਰਦੁਆਰਾ ਸਾਹਿਬ ਮੀਟਿੰਗ ਬੈਠੀ ਸੀ ਬਾਬਾ ਜੀ ਹੋਣਾਂ ਦੇ ਨਾਲ, ਆਪਣੇ ਏ ਡੀ ਸੀ ਸਾਹਿਬ, ਐੱਸ ਡੀ ਐੱਮ ਸਾਹਿਬ ਸਾਰੇ ਬੈਠੇ ਸੀ, ਮੁੱਖ ਅਫਸਰ, ਪਰ ਬਾਬਾ ਜੀ ਮਤਲਬ ਉਸ ਗੱਲ 'ਤੇ ਨਹੀਂ ਆਏ, ਕਹਿੰਦੇ ਵੀ ਆਪਾਂ ਕਬਜ਼ਾ ਗੁਰਦੁਆਰਾ ਸਾਹਿਬ ਦਾ ਲੈਣਾ ਹੀ ਲੈਣਾ ਵਾ, ਅਤੇ ਬਾਕੀ ਅਸੀਂ ਚਾਹੁੰਦੇ, ਸਾਰੀ ਸੰਗਤ ਹੀ ਚਾਹੁੰਦੀ ਆ ਵੀ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਵਾ ਇਹ ਸਾਰੇ ਨਗਰ ਦੇ ਕੋਲ ਹੀ ਰਹੇ, ਅਤੇ ਜੇ ਅੱਗੇ ਸ਼ੁਰੂ ਤੋਂ ਕਰਦੇ ਆਏ ਆ ਅਤੇ ਅੱਗੇ ਵੀ ਸੇਵਾ ਇਹੀ ਸੰਭਾਲਣ। ਅਤੇ ਜੇ ਧੱਕੇ ਨਾਲ ਆ ਕੇ ਇੱਥੇ ਦਖਲ ਦੇਣ ਦੀ ਕੋਸ਼ਿਸ਼ ਕਰਦੇ ਫਿਰ ਕਿਹੋ ਜਿਹਾ ਵਿਰੋਧ ਹੋਊਗਾ ਜੀ? ਇਹ ਤਾਂ ਫਿਰ ਸਖਤ ਵਿਰੋਧ ਹੋਊਗਾ ਜੀ, ਧੱਕੇ ਨਾਲ ਤਾਂ ਤੁਹਾਨੂੰ ਪਤਾ ਜੀ ਕੋਈ ਵੀ ਕੰਮ ਨਹੀਂ ਹੋ ਸਕਦਾ। ਜੇ ਮੰਨ ਲਓ ਬਾਬਾਆਂ ਨੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਸੰਗਤ ਨੂੰ ਜੋ ਮਰਜ਼ੀ ਕਰਨਾ ਪਵੇ, ਮਤਲਬ ਧੱਕੇ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਊਗਾ, ਭਾਵੇਂ ਇੱਥੇ ਲੜਨ ਮਰਨ ਜੋ ਮਰਜ਼ੀ ਹੋਵੇ, ਪਹਿਲਾਂ ਜਿਹੜੇ ਨਗਰ ਦੀ ਸੰਗਤ ਆ ਇਹ ਮਰੂਗੀ ਅਤੇ ਫਿਰ ਹੀ ਬਾਬੇ ਕਬਜ਼ਾ ਕਰ ਸਕਣਗੇ, ਉੱਦਾਂ ਅਦਰਵਾਈਜ਼ ਨਹੀਂ ਕਰ ਸਕਦੇ।